ਹਾਂਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਆਪਣੀ ਵੀਡੀਓ ਕਈ ਵੀਰਾਂ ਨੇ, ਕਈ ਸਿੰਘਾਂ ਨੇ ਬੇਨਤੀ ਕੀਤੀ ਸੀ ਕਿ ਜੀ ਕੋਈ ਐਸੀ ਵੀਡੀਓ ਪਾਓ ਹਾਰਮੋਨੀਅਮ ਦੇ ਉੱਤੇ। ਧਾਰਨਾ ਨਹੀਂ, ਆਪਾਂ ਇੱਕ ਦੋ ਵੀਡੀਓ ਪਹਿਲਾਂ ਪਾਈਆਂ ਸੀ ਕਿ ਐਸੀ ਵੀਡੀਓ ਕੋਈ ਅਪਲੋਡ ਕਰੋ ਕਿ ਜੋ ਮੰਗਲਾਚਰਨ ਕੀਰਤਨ ਤੋਂ ਪਹਿਲਾਂ ਜੋ ਗੁਰਬਾਣੀ ਦੇ ਸ਼ਬਦ ਸੰਗੀਤ ਧੁਨੀਆਂ ਦੇ ਵਿੱਚ ਬਿਨਾਂ ਤਾਲ ਤੋਂ ਪੜ੍ਹੇ ਜਾਂਦੇ ਨੇ ਉਹਨੂੰ ਮੰਗਲਾਚਰਨ ਕਹਿੰਦੇ ਨੇ, ਕਿ ਉਹ ਮੰਗਲਾਚਰਨ ਕਿਵੇਂ ਪੜ੍ਹੀ ਦਾ ਸੁਰਾਂ 'ਤੇ, ਉਹਦੀ ਕੋਈ ਵੀਡੀਓ ਪਾਓ। ਆਪਾਂ ਉਹ ਵੀਡੀਓ ਲੈ ਕੇ ਆਏ ਜੀ, ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਇਹੋ ਜਿਹੀਆਂ ਹੋਰ ਕੀਰਤਨ ਦੀਆਂ ਵੀਡੀਓ ਅਤੇ ਹਾਰਮੋਨੀਅਮ ਸਿੱਖਣ ਦੀਆਂ ਵੀਡੀਓ ਇਹੋ ਜਿਹੀਆਂ ਹੋਰ ਦੇਖਣ ਵਾਸਤੇ ਇਸ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ, ਲਾਈਕ ਅਤੇ ਸ਼ੇਅਰ ਕਰੋ ਵੀਡੀਓ ਨੂੰ। ਕਈ ਕਈ ਤਰੀਕਿਆਂ ਨਾਲ ਮੰਗਲਾਚਰਨ ਪੜਿਆ ਜਾਂਦਾ, ਕਿਵੇਂ ਆਪਾਂ ਸਭ ਤੋਂ ਸੌਖੇ ਤਰੀਕੇ ਨਾਲ ਸਿੱਖਾਂਗੇ। ਪਹਿਲਾਂ ਦੇਖੋ, ਪਹਿਲੇ ਸਾ ਦੇ ਉੱਤੋਂ ਰੱਖਿਆ ਮੈਂ, ਜੋ ਆਪਾਂ ਸਾ ਸਾਰੇ ਗਮ ਦੇ ਵਿੱਚ ਰੱਖਦੇ ਹਾਂ, ਪਹਿਲੇ ਸਾ ਤੋਂ ਭੈਰ ਵੀ ਜਾ ਦੋ ਸੁੱਚਾਂ 'ਤੇ ਆਤਰ ਕੇ ਜਦੋਂ ਆਪਾਂ ਬੋਲਣਾ ਹੈ ਉਦੋਂ ਹਾਰਮੋਨੀਅਮ ਆਪਾਂ ਨਹੀਂ ਪਲੇ ਕਰਨਾ, ਜਦੋਂ ਬੋਲਣਾ ਉਦੋਂ ਹਾਰਮੋਨੀਅਮ ਸਿਰਫ ਇੱਦਾਂ ਖੜਾ ਕੇ ਰੱਖਣੇ ਉਂਗਲਾਂ, ਜਦੋਂ ਬੋਲ ਕੇ ਹਟ ਜਾਣਾ। ਹੁਣ ਮੈਂ ਤੁਹਾਨੂੰ ਪ੍ਰੈਕਟੀਕਲੀ ਕਰਕੇ ਦਿਖਾ ਦਿੰਦਾ। ਵਾਹਿਗੁਰੂ ਜੀ, ਜਦੋਂ ਮੈਂ ਬੋਲਿਆ ਸੀ ਉਦੋਂ ਇਸ ਤਰ੍ਹਾਂ ਮੇਰਾ ਹੱਥ ਟਿਕਿਆ ਹੋਇਆ ਸੀ। ਬੋਲਣ ਤੋਂ ਬਾਅਦ ਆਪਾਂ ਨੇ ਹਾਰਮੋਨੀਅਮ ਪਲੇ ਕਰਨਾ, ਜਾਂ ਬੋਲਣ ਵੇਲੇ ਆਪਾਂ ਆਵਾਜ਼ ਘੱਟ ਰੱਖਣੀ ਕੀਤਾ ਜਾ ਸਕਦਾ। ਆਓ ਜੀ ਸ਼ੁਰੂ ਕਰਨਾ। ਵਾਹਿਗੁਰੂ ਜੀ, ਸਤਨਾਮ, ਸਾਜ ਵੱਜਦਾ। ਇਸੇ ਆਪਾਂ ਇਹਨਾਂ ਸੁੱਚਾਂ ਦੇ ਉੱਤੇ ਹੀ ਜਿਵੇਂ ਵੀ ਕਿਵੇਂ ਏਦਾਂ ਆਪਣੇ ਹੱਥ ਨੂੰ ਘੁਮਾਉਣਾ ਹੁੰਦਾ। ਬਾਹ ਪ੍ਰਗਟਿਓ ਮਰਦ ਅਗੰਗੜਾ, ਇੱਥੋਂ ਜਮਾ ਲਾਸਟ ਵਾਲੀ ਸੁੱਚ ਤੋਂ, ਕਿਉਂਕਿ ਸਾਰੇ ਗਾਣਾ ਪਾ ਪਾ ਤੋਂ ਲੈਣਾ। ਬਾਹ ਪ੍ਰਗਟਿਓ ਮਰਦ ਅਗੰਗੜਾ, ਜਮਾ ਹੌਲੀ ਕਰਕੇ ਦਿਖਾ ਰਿਹਾ ਮੈਂ। ਬਾਹ ਪ੍ਰਗਟਿਓ ਮਰਦ ਅਗੰਗੜਾ, ਹੁਣ ਇੱਥੇ ਖੜਨਾ ਵਰਿਆਮ ਅਕੇਲਾ, ਉਹੀ ਚੀਜ਼ ਦਾ ਕੋਈ ਵੀ ਪੀਸਾ ਮਾਰ ਸਕਦਾ, ਖੜਨਾ ਔਖੀ। ਵਾਹੋ ਵਾਹੋ ਗੋਬਿੰਦ ਸਿੰਘ,
ਗੁਰ ਚੇਲਾ ਮਤ ਵਿੱਚ ਰਤਨ ਜਵਾਹਰ ਮਾਣਕ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ ਧਿਆਨ ਦਿਓ ਜੀ ਦੁਬਾਰਾ ਤੋਂ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਬੁਝਾਈ ਸਿੰਪਲ ਜੀ ਪੜ੍ਹਨਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਹੁਣ ਦੇਖੋ ਇੱਥੇ ਮੈਂ ਇੱਕ ਆਊਟਸੋਰ ਯੂਜ ਕੀਤੀ ਆ, ਉਹ ਤੁਸੀਂ ਨਹੀਂ ਵੀ ਕਰ ਸਕਦੇ, ਔਰ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪਲੇ ਕਰਨਾ ਆਉਂਦਾ ਆਊਟਸੋਰ ਬਾਰੇ ਪਤਾ ਉਹ ਕਰ ਸਕਦੇ ਨੇ, ਜਿਵੇਂ ਗੁਰਾਇਕ ਦੇ ਦੇਖੋ ਜੀ ਆਹ ਸੁੱਚ ਹੁਣ ਆਹ ਸੁਰ ਆ ਜਿਹੜੀ ਇਸ ਰਾਗ ਦੇ ਵਿੱਚ ਨਹੀਂ ਆਉਂਦੀ, ਆਪਾਂ ਆਊਟ ਯੂਜ ਕੀਤੀ ਆ ਗੁਰਾਇਕ ਦੇ ਬੁਝਾਈ ਇਦਾਂ ਦਾ ਆਪਾਂ ਪੀਸ ਮਾਰ ਕੇ ਉਸ ਤੋਂ ਉਪਰੰਤ ਆਪਣੀ ਧਾਰਨਾ ਸਟਾਰਟ ਕਰ ਲੈਣੀ ਆ। ਉਹ ਧਾਰਨਾ ਕਿਵੇਂ ਲਾਉਣੀ ਆ ਉਹ ਵੀ ਆਪਾਂ ਅਗਲੀ ਵੀਡੀਓ ਜਲਦ ਹੀ ਬਸ 2-4 ਦਿਨਾਂ ਦੇ ਵਿੱਚ ਹੀ ਆਪਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰਾਂਗੇ ਜੀ। ਸੋ ਆਪਣੇ ਫਰੈਂਡਸ ਨੂੰ ਵੱਧ ਤੋਂ ਵੱਧ ਇਹ ਵੀਡੀਓ ਲਾਈਕ ਸ਼ੇਅਰ ਕਰੋ, ਕਮੈਂਟ ਕਰਕੇ ਅਗਰ ਕੋਈ ਸਵਾਲ ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਕਮੈਂਟ ਕਰਕੇ ਨੀਚੇ ਕਮੈਂਟ ਕਰਕੇ ਨਾ ਜੀ ਪੁੱਛ ਸਕਦੇ ਹੋ, ਔਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਕਿਉਂਕਿ ਬਹੁਤ ਗਰੀਬ ਬੱਚੇ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਸੰਗੀਤ ਨਾਲ ਪ੍ਰੇਮ ਤਾਂ ਹੁੰਦਾ ਜੋ ਕੀਰਤਨ ਸਿੱਖਣਾ ਚਾਹੁੰਦੇ ਨੇ ਪਰ ਉਹਨਾਂ ਲਵੇ ਦੇਣ ਵਾਸਤੇ ਫੀਸ ਨਹੀਂ, ਅਕੈਡਮੀ ਵਾਲਿਆਂ ਨੂੰ ਦੇਣ ਵਾਸਤੇ ਫੀਸ ਨਹੀਂ, ਇਸ ਕਰਕੇ ਉਹ ਘਰ ਦੇ ਵਿੱਚ ਹੀ ਸਿੱਖ ਸਕਣ। ਵੱਧ ਤੋਂ ਵੱਧ ਆਪਣੇ ਫਰੈਂਡਸ ਨੂੰ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰੋ ਜੀ, ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਲਾਈਕ ਅਤੇ ਸ਼ੇਅਰ ਕਰੋ। ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।